ਅਕਾਲ ਚੈਨਲ ਦੀ ਟੀਮ ਪਹੁੰਚੀ ਹੋਈ ਵਿਧਾਨ ਸਭਾ ਹਲਕਾ ਸ਼੍ਰੀ ਮੁਕਤਸਰ ਸਾਹਿਬ। ਸਾਡੇ ਨਾਲ ਨੇ ਬਰਲਾਜ ਸਿੰਘ ਖਾਲਸਾ ਪਿੰਡ ਰੋੜਾਂਵਾਲੀ ਤੋਂ। ਆਓ ਜਾਣਦੇ ਹਾਂ ਇਹਨਾਂ ਤੋਂ ਲੋਕ ਸਭਾ ਹਲਕੇ ਵਿੱਚ ਕਿੰਦੀ ਸਪੋਰਟ ਕਰਨਗੇ ਅਤੇ ਕੀ ਉਮੀਦ ਹੈ ਇਹਨਾਂ ਨੂੰ ਜਿਹੜਾ ਮੈਂਬਰ ਪਾਰਲੀਮੈਂਟ ਜਿੱਤੇਗਾ। ਹਾਂਜੀ ਖਾਲਸਾ ਜੀ, ਤੁਹਾਡੇ ਹਿਸਾਬ ਨਾਲ ਕਿਹੜਾ ਮੈਂਬਰ ਪਾਰਲੀਮੈਂਟ ਜਿੱਤਣਾ ਚਾਹੀਦਾ? ਵੇਖੋ, ਸਭ ਤੋਂ ਪਹਿਲਾਂ ਸਾਡੇ ਵਾਸਤੇ ਇਹ ਗੱਲ ਹੈ ਵੀ ਪੰਜਾਬ ਆ ਜਿਹੜਾ ਗੁਰੂਆਂ ਦੇ ਨਾਂ 'ਤੇ ਵੱਸਦਾ, ਅਤੇ ਜਿਸ ਰਾਜ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ, ਅਤੇ ਉਹ ਰਾਜ ਤੋਂ ਅਸੀਂ ਕੀ ਲੈਣਾ? ਪਹਿਲੀ ਗੱਲ ਸਾਡੇ ਵਾਸਤੇ ਧਰਮ ਦੀ ਆ, ਗੁਰੂ ਦੀ ਆ, ਬਾਅਦ ਵਾਸਤੇ ਜਿਹੜੇ ਅਸੀਂ ਜਿਹੜੇ ਸਾਡੇ ਦੂਜੇ ਮਸਲੇ ਫਿਰ ਆਉਂਦੇ ਆ, ਰੁਜ਼ਗਾਰੀ ਦੇ ਆ ਜਾਂ ਹੋਰ ਵਿਕਾਸ ਦੇ ਆ ਗੱਲਾਂ, ਇਹ ਬਾਅਦ ਵਿੱਚ ਹੈ। ਸਭ ਤੋਂ ਪਹਿਲਾਂ ਸਾਡੇ ਵਾਸਤੇ ਗੁਰੂ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਆ, ਜਿਹੜੀ ਸਰਕਾਰ ਨੇ ਫੜ ਕੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ, ਜਾਂ ਜਿਹੜੀ ਸਰਕਾਰ ਨੇ ਜਿਹਦੀ ਸਰਕਾਰ ਦੇ ਰਾਜ ਵਿੱਚ ਇਹ ਹੋਇਆ, ਅਸੀਂ ਉਹਨਾਂ ਨੂੰ ਮੁੱਢ ਤੋਂ ਨਕਾਰਦੇ ਹਾਂ। ਉਹ ਤੋਂ ਅਕਾਲੀ ਦਲ ਦੀ ਸਰਕਾਰ ਸੀ, ਤਾਂ ਅਕਾਲੀ ਦਲ ਦੀ ਸਰਕਾਰ ਸੀ, ਹਾਂ, ਉਹਨਾਂ ਦੇ ਰਾਜ ਵਿੱਚ ਇਹ ਕੰਮ ਹੋਇਆ, ਅਤੇ ਉਹਨਾਂ ਦੇ ਰਾਜ ਵਿੱਚ ਹੀ 2.5 ਸਾਲ ਉਹਨਾਂ ਨੇ ਲੰਘਾ ਤੇ। ਪਹਿਲਾਂ ਕਮਿਸ਼ਨ ਬਣਾਇਆ ਜੋਰਾ ਸਿੰਘ, ਅਤੇ ਉਹ ਜੋਰਾ ਸਿੰਘ ਦੇ ਕਮਿਸ਼ਨ ਦੀ ਰਿਪੋਰਟ ਵੀ ਉਹਨਾਂ ਨੇ ਨਹੀਂ ਲਈ, ਭਾਵ ਕੁਝ ਨਹੀਂ ਕੀਤਾ, ਉਸ ਤਰ੍ਹਾਂ ਹੀ ਉਹਨਾਂ ਨੇ ਲਾਰਿਆਂ ਦੇ ਨਾਲ ਲੰਘਾ ਦਿੱਤਾ, 2.5 ਸਾਲ ਉਹਨਾਂ ਨੇ ਲੰਘਾ ਦਿੱਤੇ ਆ। ਹਾਲਾਂਕਿ ਸਾਰੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜੀ ਗੋਲੀ ਚੱਲੀ ਹੈ ਉੱਥੇ, ਜੋ ਕੁਝ ਹੋਇਆ ਇਹ ਅਕਾਲੀ ਸਰਕਾਰ ਦੇ ਹੁਕਮਾਂ ਤੋਂ ਬਿਨਾਂ ਹੋ ਨਹੀਂ ਸਕਦਾ ਗਾ। ਜਦੋਂ ਬਰਗਾੜੀ ਮੋਰਚਾ ਲੱਗਿਆ ਸੀ, ਤੁਹਾਡੀ ਬਹੁਤ ਵੱਡੀ ਸ਼ਮੂਲੀਅਤ ਰਹੀ ਆ ਉੱਥੇ, ਜਿਹੜੇ ਅੰਗ ਉੱਥੋਂ ਚੋਰੀ ਹੁੰਦੇ, ਜਿਹੜੇ ਅੰਗ ਮਿਲਦੇ ਆ ਸਰੂਪ ਨਾਲ, ਉਹ ਤੁਹਾਡੇ ਕੋਲ ਸੁਣਨ 'ਚ ਆਉਂਦਾ ਵੀ ਤੁਹਾਡੇ ਕੋਲ ਰਹੇ ਨੇ, ਉਸ ਬਾਰੇ ਕੁਛ ਸਾਨੂੰ ਜਾਣਕਾਰੀ ਦਿਓ। ਹਾਂ, ਉਹ ਇਸ ਤਰ੍ਹਾਂ ਸੀ ਵੀ ਉਹ ਅੰਗ ਮੈਂ ਕੋਟਕਪੂਰੇ ਚੌਂਕ ਜਦੋਂ ਬੈਠੇ ਸੀ, ਅਤੇ ਮੇਰੀ ਉਹ ਡਿਊਟੀ ਮਹਾਰਾਜ ਦੀ ਹਜ਼ੂਰੀ ਦੇ ਅੰਗਾਂ ਦੇ ਵਿੱਚ ਸੀ, ਮੈਂ ਚੌਰ ਸਾਹਿਬ ਦੀ ਸੇਵਾ ਕਰਦਾ ਸੀ, ਅਤੇ ਜਦੋਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਉਹ ਮੈਂ ਅੰਗ ਲੈ ਕੇ ਮਹਾਰਾਜ ਸਾਹਿਬ ਜੀ ਦੇ ਆਪਣੀ ਛਾਤੀ ਦੇ ਨਾਲ ਲਾ ਕਰਕੇ ਉੱਥੋਂ ਲੈ ਕਰਕੇ, ਅਤੇ ਉੱਥੋਂ ਦਾ ਹੀ ਇੱਕ ਵਸਨੀਕ ਬੇਅੰਤ ਸਿੰਘ ਹੈ, ਉਸ ਦੇ ਘਰ ਵਿੱਚ ਲਿਆ ਕਰਕੇ ਸ਼ੋਕੇਸ ਦੇ ਜਿੱਥੇ ਉਹਦੀਆਂ ਪੋਥੀਆਂ ਪਈਆਂ ਉੱਥੇ ਲਿਆ ਕੇ ਰੱਖ ਦਿੱਤੇ ਆ। ਉਸ ਦੇ ਸੰਬੰਧ ਵਿੱਚ ਵੀ ਮੈਨੂੰ ਘੱਟੋ ਘੱਟ 3-4 ਵਾਰੀ ਬੁਲਾ ਕਰਕੇ ਥਾਣੇ ਦੇ ਵਿੱਚ ਵੀ ਪੁੱਛਿਆ ਗਿਆ, ਫਿਰ ਜਿਹੜੀ ਸੈਂਟਰ ਦੀ ਏਜੰਸੀ ਹੈ CBI ਉਹਦੇ ਵੱਲੋਂ ਵੀ ਪੁੱਛਿਆ ਗਿਆ, ਭਾਵ ਵਾਰ ਵਾਰ ਸਾਨੂੰ ਹੀ ਪਰੇਸ਼ਾਨ ਕੀਤਾ ਗਿਆ। ਵੇਖੋ, ਜਿਸ ਦੇ ਘਰ ਚੋਰੀ ਹੁੰਦੀ ਵੀ ਚੋਰ ਵੀ ਉਹਨਾਂ ਨੂੰ ਬਣਾਓ, ਸਾਨੂੰ ਕੋਸ਼ਿਸ਼ ਹੀ ਕੀਤੀ ਗਈ ਆ ਵੀ ਇਹਨਾਂ ਨੇ ਇਹ ਕੰਮ ਕੀਤਾ, ਜਿਵੇਂ ਰੁਪਿੰਦਰ ਸਹੁਰਿਆਂ ਨੂੰ ਫੜਿਆ, ਬਾਅਦ 'ਚ ਪਤਾ ਲੱਗਿਆ ਵੀ ਉਹਨਾਂ ਨੇ ਨਹੀਂ ਕੰਮ ਕੀਤਾ। ਮੈਨੂੰ ਵੀ ਵਾਰ ਵਾਰ ਇਸੇ ਕਰਕੇ ਹੀ ਪੁੱਛ ਰਹੇ ਸੀ, ਪਰ ਜਿਹੜਾ ਸੱਚ ਹੁੰਦਾ, ਕੂੜ ਕੁੱਟੇ ਨਾਨਕਾ ਔੜਕ ਸੱਚ ਰਹੀ, ਉਹ ਸੱਚ ਸੀ। ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਗੱਲ ਤਾਂ ਨਹੀਂ, ਕਿਤੇ ਆਪਦੇ ਸਿਆਂਗ ਵੱਧ ਗਏ, ਕਿਤੇ ਕੁਛ ਕਰਦੇ ਸੀ, ਇਸ ਤਰ੍ਹਾਂ ਹੋ ਗਈ। ਉਹ ਫਿਰ ਬੇਅੰਤ ਸਿੰਘ ਨੂੰ ਬੁਲਾਇਆ ਜਿਹਦੇ ਘਰੋਂ ਜਿਹਨ ਅੰਗ ਲਏ ਆ, ਉਹਨੇ ਵੀ ਬੇਅੰਤ ਸਿੰਘ ਕਿਹੜੇ ਪਿੰਡ ਦੇ ਸੀ? ਕੋਟਕਪੂਰੇ ਦਾ, ਕੋਟਕਪੂਰੇ ਦੇ ਵਿੱਚ ਦਾ ਹੀ ਸੀ। ਹੁਣ ਉਹ ਵੀ ਉਹੀ ਅਸਲੀਅਤ ਦੱਸੀ ਹੈ ਵੀ ਜਿੰਨੇ ਮੇਰੇ ਕੋਲ ਅੰਗ ਸੀ ਮੈਂ ਉਹ ਦੇ ਦਿੱਤੇ ਆ ਪੁਲਿਸ ਨੇ, ਪਰ ਵਾਰ ਵਾਰ ਉਹਨੂੰ ਵੀ ਪਰੇਸ਼ਾਨ ਕੀਤਾ ਗਿਆ ਵੀ ਭਾਵ ਜਿਹੜੇ ਅੰਗ ਨੇ ਗੁਰੂ ਸਾਹਿਬ ਦੇ ਜਿਹੜੇ ਉਹ ਮਿਲਦੇ ਨੇ, ਉਸ ਤੋਂ ਬਾਅਦ ਉਹ ਕਿੱਥੇ ਰੱਖੇ ਜਾਂਦੇ ਆ? ਉਸ ਤੋਂ ਬਾਅਦ ਉਹ ਪੁਲਿਸ ਨੇ ਲੈ ਲੈਣਾ ਬੇਅੰਤ ਸਿੰਘ ਤੋਂ, ਪੁਲਿਸ ਨੇ ਆਪਦੀ ਲੈ ਕੇ ਅਤੇ ਉਹ ਆਪਦੇ ਅੰਡਰ 'ਚ ਰੱਖੇ ਆ, ਉਹ ਪੁਲਿਸ ਕੋਲ ਆ। ਸ਼ਾਇਦ ਮੈਨੂੰ ਉਦੋਂ ਥੋੜ੍ਹਾ ਜਿਹਾ ਪਤਾ ਲੱਗਿਆ ਵੀ ਬਾਅਦ 'ਚ ਲਿਜਾ ਕਰਕੇ ਗੁਰਦੁਆਰਾ ਟੁੱਟੀ ਗੰਢੀ ਵੀ ਰੱਖ ਦਿੱਤੇ ਗਏ। ਹਾਂ, ਜਿਹੜਾ ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਧਰਨਾ ਲੱਗਦਾ 6.5 ਮਹੀਨੇ ਦੇ ਕਰੀਬ ਚੱਲਦਾ, ਉਹਦੇ ਵਿੱਚ ਇਨਸਾਫ ਮਿਲਿਆ? ਉਹ 'ਚ ਕੋਈ ਇਨਸਾਫ ਨਹੀਂ ਮਿਲਿਆ ਜੇ, ਕਿਉਂਕਿ ਜਿਹੜੇ ਮੁੱਖ ਦੋਸ਼ੀ ਸੀਗੇ ਉਹ ਤਾਂ ਹਜੇ ਫੜੇ ਨਹੀਂ ਗਏ, ਬੰਦੇ ਤਾਂ ਹੋਰ ਹੀ ਫੜ ਲਏ ਆ, ਉਹ ਜਵਾਨਤਾ ਤੋਂ ਬਾਹਰ ਆ ਗਏ ਆ, ਉਹਨਾਂ 'ਤੇ ਮਾਮੂਲੀ ਜਿਹੇ ਕੇਸ ਪਾਤੇ ਆ। ਅਤੇ ਜਦੋਂ ਜਿਹੜੇ ਉਹ ਵੇਖੋ, ਮੈਂ ਜਿਹੜਾ ਸੈੱਟ ਬਣਾਈ ਸੀ ਨਾ, ਸੈੱਟ ਦੇ ਅਫਸਰਾਂ ਦਾ ਸਤਿਕਾਰ ਕਰਦਾ, ਸੈੱਟ ਦੇ ਜਿਹੜੇ ਵਿਜੇ ਪ੍ਰਤਾਪ ਕੌਰ ਵਿਜੇ ਪ੍ਰਤਾਪ ਸਿੰਘ ਹੈ, ਉਹ ਇੱਕ ਇਮਾਨਦਾਰ ਅਫਸਰ ਹੈ, ਮੈਂ ਉਹਨਾਂ ਦੀ ਇੰਟਰਵਿਊ ਸੁਣੀ ਹੈ, ਉਹ ਸਹੀ ਰਸਤੇ 'ਤੇ ਜਿਹੜੀ ਪੁੱਛਗਿੱਛ ਕਰ ਰਹੇ ਸੀ, ਅਤੇ ਉਹਨਾਂ ਨੂੰ ਵੇਖੋ ਹਟਾ ਦਿੱਤਾ ਗਿਆ, ਕਿਉਂਕਿ ਜਦੋਂ ਪੈੜ ਜਾ ਰਹੀ ਸੀ ਚੋਰਾਂ ਵੱਲ ਜਿਨ੍ਹਾਂ ਨੇ ਇਹ ਕੰਮ ਕੀਤਾ, ਬਾਦਲ ਦੀ ਸਰਕਾਰ ਨੂੰ ਮੈਂ ਸਪਸ਼ਟ ਕਹਿੰਦਾ, ਜਦੋਂ ਪੈੜ ਉਹਨਾਂ ਵੱਲ ਜਾ ਰਹੀ ਸੀ ਅਤੇ ਇਹਨਾਂ ਨੇ ਉਦੋਂ ਉਹਨੂੰ ਕਹਿ ਕੇ ਚੋਣ ਕਮਿਸ਼ਨ ਨੂੰ, ਮੋਦੀ ਦੀ ਸਰਕਾਰ ਸੀ ਉੱਤੇ, ਉਹਨੂੰ ਲਾ ਦਿੱਤਾ। ਪਰ ਵੇਖੋ, ਬੰਦੇ ਨੇ ਸਪਸ਼ਟ ਬੋਲਿਆ ਵਾ, ਤਾਂ ਮੈਂ ਕਿਸੇ ਤੋਂ ਡਰਦਾ ਨਹੀਂ ਗਾ। ਅਤੇ ਬਾਣੀ ਦੀ ਤੁੱਕ ਮੈਂ ਇਹਨਾਂ ਨੂੰ ਪੁੱਛਦਾ, ਜਿਹੜੇ ਆ ਅਕਾਲੀ ਬਣੇ ਆ, ਇਹਨਾਂ ਨੂੰ ਤਾਂ ਬਾਣੀ ਦੀ ਇੱਕ ਤੁੱਕ ਨਹੀਂ ਆਉਂਦੀ ਗੀ, ਉਹ ਇੱਕ ਕਲੀਨ ਸ਼ੋਪ ਹੈ, ਵਿਜੇ ਪ੍ਰਤਾਪ ਵਿਜੇ ਕੌਰ ਵਿਜੇ ਪ੍ਰਤਾਪ ਸਿੰਘ ਇੱਕ ਕਲੀਨ ਸ਼ੇਪ ਆ, ਅਤੇ ਉਹਨੇ ਜਿਹੜੀ ਤੁੱਕ ਬੋਲੀ ਆ, ਸੰਤਾ ਮਾਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ, ਉਹਨੇ ਜਿਹੜੇ ਇੰਟਰਵਿਊ ਜਿੱਤੀ ਆ ਨਾ ਮੀਡੀਆ ਨੇ,
ਮੀਡੀਆ 'ਚ ਉਹਨੇ ਇਹ ਗੱਲ ਕਹੀ ਆ ਕਿ ਮੈਂ ਕਿਸੇ ਤੋਂ ਡਰਦਾ ਨਹੀਂ, ਮੈਨੂੰ ਧਮਕੀਆਂ ਮਿਲ ਰਹੀਆਂ ਅਕਾਲੀ ਸਰਕਾਰ ਵੱਲੋਂ, ਅਤੇ ਨਾਲ ਉਹਨੇ ਤੁੱਕ ਬੋਲ ਕੇ ਦਿੱਤੀ ਆ ਭਾਵ ਜਿਹੜਾ ਅਸਲ ਮਨੁੱਖ ਆ ਨਾ, ਜਿਹੜਾ ਜਿਉਂਦੀ ਜ਼ਮੀਰ ਵਾਲਾ ਆ, ਸੰਤਾਂ ਮੰਨੋ, ਸੰਤਾਂ ਨੂੰ ਮੰਨਦਾ ਉਹਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਦੂਤਾਂ ਡਾਨੋ, ਅਸੀਂ ਦੂਤਾਂ ਨੂੰ ਜਿਹੜੇ ਦੂਤ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਅਸੀਂ ਡੰਨ ਦੇਵਾਂਗੇ। ਇਹ ਤੁੱਕ ਉਚਾਰਨ ਦਾ ਉਹਨਾਂ ਦਾ ਇਹੀ ਮਤਲਬ ਸੀਗਾ। ਜਿਹੜੇ ਦੁਸ਼ਟ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਆ, ਭਾਵਾਂ ਕੋਈ ਵੀ ਆ, ਉਹਦਾ ਵੀ ਅਸੀਂ ਫੜ ਕੇ ਉਹਨਾਂ ਨੂੰ ਸਜ਼ਾ ਦੇਵਾਂਗੇ। ਮੈਂ ਉਸ ਅਫਸਰ ਦਾ ਦਿਲੋਂ ਸਤਿਕਾਰ ਕਰਦਾ, ਇਹੋ ਜਿਹੇ ਇਮਾਨਦਾਰ ਅਫਸਰ ਹੋਣੇ ਚਾਹੀਦੇ ਆ, ਫਿਰ ਇਹੋ ਜਿਹੀਆਂ ਘਟਨਾਵਾਂ ਵੀ ਨਹੀਂ ਵਾਪਰਦੀਆਂ। ਪਰ ਇਹ ਜਿਹੜਾ ਦਬਾਅ ਪਾ ਕੇ ਉਹਨਾਂ ਨੂੰ ਵੀ ਵੇਖੋ ਉਹਨੂੰ ਲਾ ਦਿੱਤਾ, ਅਸੀਂ ਉਹਦੀ ਹਮਾਇਤ 'ਚ ਹਾਂ, ਉਹਨੂੰ ਬਦਲ ਕੇ ਫਿਰ ਜੇ ਕੈਪਟਨ ਸਰਕਾਰ ਆ ਉਹਨੂੰ ਦੁਬਾਰਾ ਫਿਰ ਲਾਉਣਾ ਚਾਹੀਦਾ। ਇਹ ਕਹਿੰਦੇ ਚਲ ਕਮਿਸ਼ਨ ਨੇ ਹਟਾਇਆ, ਚਲ ਹੁਣ ਪਤਾ ਲੱਗ ਜੂ ਜੇ ਕੈਪਟਨ ਨੇ ਸਹੀ ਹੋਇਆ, ਇਮਾਨਦਾਰ ਹੋਇਆ। ਕੈਪਟਨ 2.5 ਸਾਲ ਇਹਨੂੰ ਵੀ ਲੰਘ ਗਿਆ, 2.5 ਸਾਲ ਇਹਦੀ ਸਰਕਾਰ ਨੂੰ ਲੰਘ ਗਿਆ, ਅੱਜ ਨੂੰ ਇਹਨਾਂ ਨੂੰ ਅੰਦਰ ਦਿੱਤਾ ਹੁੰਦਾ। ਪਰ ਇਉਂ ਲੱਗਦਾ ਵੀ ਇਹ ਵੀ ਮਿਲਿਆ ਵੇਚਦੀ ਹੈ, ਇਹਨਾਂ ਦੀ ਮਿਲੀ ਭੁਗਤ ਹੈ ਕੁਛ, ਇਹਨਾਂ ਦੀਆਂ ਜਿਹੜੇ ਗੱਲਾਂ ਬਾਤਾਂ ਨਾ ਉਹਨਾਂ ਤੋਂ ਪਤਾ ਲੱਗ ਰਿਹਾ। ਤੁਸੀਂ ਬਰਗਾੜੀ ਮੋਰਚੇ 'ਤੇ ਜਾਂਦੇ ਰਹੇ, ਬਰਗਾੜੀ ਮੋਰਚਾ ਚੱਕ ਕਿਉਂ ਲਿਆ ਗਿਆ? ਇਹ ਤਾਂ ਹੁਣ ਜਿਨ੍ਹਾਂ ਨੇ ਚੱਕਿਆ ਉਹੀ ਦੱਸਣ ਜਵਾਬ ਦੇਣ। ਤੁਸੀਂ ਜਥੇਦਾਰਾਂ ਦੇ ਕਾਫੀ ਕਰੀਬੀ ਰਹੇ ਹੋ ਸਟੇਜ 'ਤੇ, ਤੁਹਾਨੂੰ ਦੇਖਿਆ ਗਿਆ, ਤੁਸੀਂ ਕਦੀ ਸਵਾਲ ਨਹੀਂ ਕੀਤਾ ਉਹਨਾਂ ਨੂੰ? ਸਾਨੂੰ ਤਾਂ ਉੱਥੇ ਟਾਈਮ ਨਹੀਂ ਦਿੰਦੇ ਸੀ, ਕਹਿੰਦੇ ਸੀ ਵੀ ਬੋਲਣ ਵਾਸਤੇ ਵੀ ਉਹ ਅਸੀਂ ਨੇੜੇ ਰਹੇ ਹਾਂ। ਪਰ ਹੁਣ ਜਿਹੜੇ ਜਥੇਦਾਰ ਵਾਅਦੇ ਕਰਦੇ ਰਹੇ ਸੀ ਵੀ ਅਸੀਂ ਉਦੋਂ ਉੱਠਾਂਗੇ ਜਦੋਂ ਇਨਸਾਫ਼ ਮਿਲ ਗਿਆ, ਜਦੋਂ ਸਾਨੂੰ ਇਹ ਦੋਸ਼ੀ ਫੜੇ ਗਏ, ਹੁਣ ਤਾਂ ਉਹ ਇਹ ਦੱਸਣ ਵੀ ਅਸੀਂ ਕਾਸ ਤੋਂ ਉੱਠ ਗਏ ਇੱਥੋਂ। ਜਥੇਦਾਰਾਂ ਦੇ ਜਿਹੜੇ ਵਾਅਦੇ ਕੀਤੇ ਸੀਗੇ ਉਹਨਾਂ ਤੋਂ ਸੰਤੁਸ਼ਟ ਹੋ ਤੁਸੀਂ? ਨਾ, ਉਹਨਾਂ ਤੋਂ ਕੋਈ ਸੰਤੁਸ਼ਟ ਨਹੀਂ, ਸਾਰੀ ਕੌਮ ਨਹੀਂ ਸੰਤੁਸ਼ਟ ਉਹਨਾਂ ਤੋਂ। ਉਸ ਤੋਂ ਬਾਅਦ ਉਹ ਹੀ ਜਥੇਦਾਰ ਹੁਣ ਅਕਾਲੀ ਦਲ ਦੇ ਖਿਲਾਫ਼ ਜਿਹੜੇ ਆਪਣੇ ਰੋਸ ਮਾਰਚ ਕੱਢ ਰਹੇ ਨੇ, ਜਿਵੇਂ ਬਰਗਾੜੀ ਤੋਂ ਬਾਦਲ ਤੱਕ ਰੋਸ ਮਾਰਚ ਨਿਕਲਿਆ ਅਤੇ ਜਥੇਦਾਰਾਂ ਨੇ ਸ਼ਮੂਲੀਅਤ ਕੀਤੀ ਹੈ, ਤੁਸੀਂ ਉੱਥੇ ਗਏ ਕਿ ਨਹੀਂ ਗਏ? ਨਹੀਂ, ਮੈਂ ਨਹੀਂ ਗਿਆ ਉੱਥੇ। ਉਹ ਜਿਹੜਾ ਰੋਸ ਮਾਰਚ ਕੱਢ ਰਹੇ ਉਹ ਤੁਹਾਨੂੰ ਕਿਵੇਂ ਲੱਗਦਾ? ਵੇਖੋ, ਜੇ ਰੋਸ ਮਾਰਚ ਕਰਨਾ ਤਾਂ ਪਹਿਲਾਂ ਹੀ ਬੈਠੇ ਰਹਿੰਦੇ, ਉਦੋਂ ਹੀ ਬੈਠੇ ਰਹਿੰਦੇ, ਅੱਜ ਨੂੰ ਉਹ ਦੋਸ਼ੀ ਅੰਦਰ ਹੁੰਦੇ। ਚਲੋ, ਹੁਣ ਉਹ ਜੋ ਕਰਦੇ ਆ ਉਹ ਕਰ ਰਹੇ, ਪਰ ਅਸੀਂ ਉਸ 'ਚ ਸ਼ਾਮਿਲ ਨਹੀਂ ਹੋ ਰਹੇ। ਤੁਹਾਡੇ ਹਿਸਾਬ ਹੁਣ ਕਿਹਨੂੰ ਵੋਟ ਦੇਣੀ ਚਾਹੀਦੀ ਆ? ਪੰਜਾਬ ਦੇ ਜਿਹੜੇ ਲੋਕ ਆ ਜਿਹੜੇ ਸਿੱਖ ਧਰਮ ਨਾਲ ਬਿਲੋਂਗ ਕਰਦੇ ਆ ਜਾਂ ਹਿੰਦੂ ਧਰਮ ਨਾਲ ਕਰਦੇ ਆ, ਕਿਹਨੂੰ ਵੋਟ? ਪੰਜਾਬ ਦੇ ਸਮੂਹ ਲੋਕਾਂ ਨੂੰ, ਪੰਜਾਬੀਆਂ ਨੂੰ ਇਹੀ ਕਹਾਂਗਾ ਕਿ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬੇਅਦਬੀ, ਜਿਹੜੇ ਕਹਿੰਦੇ ਨਾ ਬਾਦਲ ਕਹਿ ਰਿਹਾ, ਵੀ ਇਹ ਤਾਂ ਹੁਣ ਕੋਈ ਮਸਲਾ ਨਹੀਂ ਰਹਿ ਗਿਆ ਗਾ। ਸਿੱਖ ਮਰਦੇ ਦਮ 'ਤੇ ਘਰ ਆਪਦੇ ਗੁਰੂ ਦੀ ਬੇਅਦਬੀ ਨਹੀਂ, ਜਿਹੜਾ ਪੁੱਤਰ ਹੁੰਦਾ ਆਪਦੇ ਪਿਓ ਦੀ ਬੇਅਦਬੀ ਨਹੀਂ ਸਹਾਰ ਸਕਦਾ, ਸਿੱਖ ਨਹੀਂ ਭੁੱਲ ਸਕਦੇ ਇਹ ਗੱਲ। ਇਹ ਭਾਵਾਂ ਉੱਤੋਂ ਟਾਰਾਂ ਮਾਰੀ ਜਾਣ ਵੀ ਇਹ ਭੁੱਲ ਗਿਆ ਸਿੱਖ, ਜਿਹੜਾ ਗੁਰੂ ਦਾ ਸਿੱਖ ਆ ਉਹ ਨਹੀਂ ਇਹ ਭੁੱਲਦਾ। ਮੈਂ ਇਹੀ ਕਹਾਂਗਾ ਸਾਰ ਸਮੂਹ ਪੰਜਾਬੀਆਂ ਨੂੰ, ਜਿੰਨੇ ਵੀ ਪੰਜਾਬ ਦੇ ਵਿੱਚ ਜਾਗਦੀ ਜ਼ਮੀਰ ਵਾਲੇ ਲੋਕ ਵੱਸਦੇ ਆ, ਇਹਨਾਂ ਨੂੰ ਪਛਾਣੋ, ਇਹਨਾਂ ਨੂੰ ਉਹ ਰਸਤਾ ਵਿਖਾਓ, ਇਹਨਾਂ ਨੂੰ ਪਤਾ ਲੱਗ ਜਾਵੇ ਵੀ ਸਾਡੇ ਰਾਜ ਦੇ ਵਿੱਚ ਗੁਰੂ ਦੀ ਬੇਅਦਬੀ ਹੋਈ ਆ ਅਤੇ ਖਾਲਸਾ ਪੰਥ ਨੇ ਅਸੀਂ ਧੱਕਾ ਕੀਤਾ। ਮੈਂ ਇਹੀ ਅਪੀਲ ਕਰਾਂਗਾ ਸਮੂਹ ਪੰਜਾਬੀਆਂ ਨੂੰ, ਭਾਵਾਂ ਉਹਦੇ ਵਿੱਚ ਹਿੰਦੂ ਆ, ਭਾਵਾਂ ਕੋਈ ਮੁਲਾਜ਼ਮ ਆ, ਕਿਸੇ ਵੀ ਵਰਗ ਨਾਲ ਸੰਬੰਧਿਤ ਆ ਕੋਈ, ਇਹਨਾਂ ਨੂੰ ਪਤਾ ਲੱਗ ਜਾਵੇ, ਖਾਸ ਕਰਕੇ ਜਿਹੜੇ ਪੰਥ ਦੇ ਨਾਂ 'ਤੇ ਵੋਟਾਂ ਲੈਂਦੇ ਰਹੇ ਆ ਅਤੇ ਕੁਰਸੀਆਂ 'ਤੇ ਬੈਠੇ ਰਹੇ ਅਤੇ ਜਿਨ੍ਹਾਂ ਦੇ ਰਾਜ 'ਚ ਇਹ ਕੰਮ ਹੋਇਆ। ਜਿਵੇਂ ਕਿ 1984 ਵਿੱਚ ਕਾਂਗਰਸ ਦੀ ਸਰਕਾਰ ਸੀ, ਸਿੱਖ ਨਸਲਕੁਸ਼ੀ ਹੁੰਦੀ ਹੈ, ਹਰਿਮੰਦਰ ਸਾਹਿਬ 'ਤੇ ਅਟੈਕ ਹੁੰਦਾ, ਅਕਾਲ ਤਖ਼ਤ ਹਟਾ ਦਿੱਤਾ ਜਾਂਦਾ, ਦੋ ਹੀ ਸਰਕਾਰਾਂ ਜਿਹੜੀਆਂ ਮੇਨ ਆ ਦੋਵਾਂ ਦਾ ਮੁਕਾਬਲਾ ਆਪ 'ਚ ਮੰਨਿਆ ਜਾਂਦਾ, ਆਮ ਆਦਮੀ ਪਾਰਟੀ ਨੂੰ ਮੁਕਾਬਲੇ 'ਚ ਨਹੀਂ ਗਿਣ ਰਹੇ ਹੁਣ, ਅਤੇ ਤੁਹਾਡੇ ਹਿਸਾਬ ਨਾਲ ਫਿਰ ਹੁਣ ਦੋਵੇਂ ਹੀ ਦੋਸ਼ੀ ਨੇ ਤਾਂ ਫਿਰ ਵੋਟ ਕਿਹਨੂੰ ਦੇਈਏ? ਦੇਖੋ, ਗੱਲ ਇਹ ਆ ਉਹਦੇ ਵਿੱਚ ਹੁਣ ਇਹ, ਹਾਂ ਦੋਵੇਂ ਦੋਸ਼ੀ ਆ, ਇਹਦੇ ਵਿੱਚ ਉਮੀਦਵਾਰ ਜਿਹੜੇ ਆ ਉਹ ਵੇਖੇ ਜਾ ਸਕਦੇ, ਉਮੀਦਵਾਰਾਂ ਦੀ ਵੀ ਕਿਹੜਾ ਉਮੀਦਵਾਰ ਆ, ਵੀ ਇਸ ਉਮੀਦਵਾਰ ਨੇ ਆਹ ਕੰਮ ਕੀਤਾ, ਇਸ ਉਮੀਦਵਾਰ ਨੇ ਆਹ ਕੰਮ ਕੀਤਾ, ਇਸ ਹਲਕੇ ਤੋਂ ਹੀ ਜਾਂ ਬਠਿੰਡੇ ਹਲਕੇ ਤੋਂ ਆ, ਉੱਥੇ ਵੇਖੇ ਜਾ ਸਕਦੇ ਆ, ਖਹਿਰੇ ਹੁਰੀ ਹੈ ਉੱਥੇ ਖੜ੍ਹੇ ਆ, ਜਾਂ ਹੋਰ ਆ ਵੀ ਜਿਨ੍ਹਾਂ ਨੇ ਇਹ ਕੰਮ ਨਹੀਂ ਕੀਤੇ, ਗੁਰੂ ਸਾਹਿਬ ਦੇ ਬੇਅਦਬੀਆਂ ਦੇ ਕੰਮ ਨਹੀਂ ਕੀਤੇ, ਘੱਟੋ ਘੱਟ ਉਹਦੇ ਵਿੱਚ ਸ਼ਾਮਿਲ ਨਹੀਂ ਹੋਏ, ਜਿਹੜੇ ਹੱਕ ਆਵਾਜ਼ ਉਠਾ ਰਹੇ ਨੇ, ਅਤੇ ਜਿਹੜੇ ਇੱਥੋਂ ਦੇ ਉਮੀਦਵਾਰ ਫਿਰੋਜ਼ਪੁਰ ਦੇ ਉਹਨਾਂ ਨੂੰ ਵੇਖ ਲਓ, ਜੇ ਘੁਬਾਇਆ ਕਿਸੇ ਬੇਅਦਬੀ 'ਚ ਸ਼ਾਮਿਲ ਹੋਇਆ ਤਾਂ ਉਹਨੂੰ ਨਾ ਵੋਟ ਪਾਓ, ਠੀਕ ਨਾ? ਜੇ ਘੁਬਾਇਆ ਬੇਅਦਬੀ ਸ਼ਾਮਿਲ ਹੋਇਆ, ਉਮੀਦਵਾਰ ਤਾਂ ਵੇਖਣੇ ਚਾਹੀਦੇ ਨਾ, ਹੁਣ ਚੱਲ ਪਾਰਟੀਆਂ ਇੱਕੋ ਜਿਹੀਆਂ, ਉਮੀਦਵਾਰ ਵੇਖ ਲਓ, ਹੁਣ ਜਿਹੜਾ ਉਮੀਦਵਾਰ ਚੰਗਾ ਲੱਗਦਾ ਮੈਂ ਇਹੀ ਕਹੂੰਗਾ ਵੀ ਉਹ ਪਾਓ, ਇੱਕ ਪਾਸੇ ਦੋਸ਼ੀ ਆਪਣੇ ਸਾਹਮਣੇ ਆ, ਦੂਜੇ ਪਾਸੇ ਉਹ ਆ, ਆਪਣੀ ਮਨ ਦੀ ਜ਼ਮੀਰ ਦੇ ਨਾਲ ਫੈਸਲਾ ਕਰਕੇ ਹਰ ਇੱਕ ਨੂੰ ਇਹ ਵੋਟ ਦਾ ਹੱਕ ਹੈ ਉਹ ਪਾਵੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚੇ ਹੋਏ ਹਾਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਜਲਾਲਾਬਾਦ ਏਰੀਏ ਦੇ ਪਿੰਡ ਲੱਦੂਵਾਲਾ ਵਿਖੇ, ਜਾਣਦੇ ਹਾਂ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਅਤੇ ਕਿਸ ਨੂੰ ਵੋਟ ਦੇਣਾ ਪਸੰਦ ਕਰਨਗੇ। ਹਾਂਜੀ ਬਾਪੂ ਜੀ, ਕੀ ਸਮੱਸਿਆਵਾਂ ਏਰੀਏ ਦੀਆਂ? ਅਸੀਂ ਤਾਂ ਲਿਆ ਪਿਆ ਜਿਹੜਾ ਸਾਨੂੰ ਰੇਟ ਦੇ ਕੇ ਨਾ, ਅਤੇ ਹੁਣ 705 ਰੁਪਈਏ ਕੱਟੀ ਜਾਂਦੇ ਨੇ, ਅਸੀਂ ਇਹਦੇ ਬਰਖਰਾਫ ਆ। ਕਾਹਦਾ ਰੇਟ ਬਾਪੂ ਜੀ? ਕਣਕ ਦਾ 40 ਰੁਪਈਏ ਦੇ ਕੇ, ਅਤੇ 700 ਸਾਨੂੰ ਹੁਣ 35 ਦਾ ਹਿਸਾਬ ਦੇਣ ਦੀ ਸਰਕਾਰ। ਹਾਂਜੀ ਬਾਪੂ ਜੀ, ਇਸ ਪਿੰਡ ਦੀਆਂ ਕੀ ਸਮੱਸਿਆਵਾਂ ਨੇ ਜਿਹੜੀਆਂ ਹੱਲ ਨਹੀਂ ਹੋਈਆਂ? ਪਹਿਲੇ ਸੁਧਾਰ ਲਓ, ਸਾਡੇ ਇਹੋ ਹੀ ਆ ਜੀ, ਸਾਡਾ ਸਕੂਲ ਦਾ ਮਸਲਾ ਸਭ ਤੋਂ ਵੱਡਾ ਮਸਲਾ ਆ। 1947 ਤੋਂ ਲੱਗ ਕੇ ਜਿਹੜਾ ਅੱਜ ਤੱਕ ਇਹ ਪ੍ਰਾਇਮਰੀ ਸਕੂਲ 5 ਜਮਾਤਾਂ ਲਈ ਤੁਰਿਆ ਜਾਂਦਾ ਸੀ, ਇਹਨੇ
ਸਾਡਾ ਵੱਡਾ ਕਰਨ ਦਾ ਮੇਨ ਸੜਕ ਆ ਮੇ ਸੈਂਟਰ ਵਿੱਚ ਪਿੰਡ ਆ ਉਨਾ ਹੀ ਜਲਾਲਾਬਾਦ ਆ ਉਨਾ ਹੀ ਮੁਕਤਸਰ ਆ ਅਤੇ ਇੱਥੇ ਸਾਡਾ ਸਕੂਲ ਵੱਡਾ ਹੋਣਾ ਚਾਹੀਦਾ ਸੀ ਅਜੇ ਪ੍ਰਾਇਮਰੀ ਸਕੂਲ ਚਲਾ ਗਿਆ ਦੂਸਰੀ ਬੇਨਤੀ ਇਹ ਹੈ ਸਾਡੀ ਕਿ ਜਿਹੜਾ ਮੋਦੀ ਸਾਹਿਬ ਨੇ ਸਾਨੂੰ ਵੀ ਨੋਟਬੰਦੀ ਕਰਕੇ ਪਰੇਸ਼ਾਨ ਕੀਤਾ ਕਈ ਸਾਡੇ ਨੌਜਵਾਨ ਕਈ ਬਜ਼ੁਰਗ ਬੰਦੇ ਜਿਹੜੇ ਸਾਡੇ ਵਰਗੇ ਸੀ ਉਹ ਲਾਈਨਾਂ 'ਚ ਖੜ੍ਹੇ ਹੀ ਮਰ ਗਏ ਬਹੁਤ ਸਾਨੂੰ ਮੁਸ਼ਕਲ ਆਈ ਉਹਦੇ ਵਿੱਚ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦੇ ਬਾਰੇ ਕੁਛ ਰੋਸ ਹੈਗਾ ਆ ਬਾਕੀ ਦੂਸਰਾ ਰੋਸ ਸਾਡਾ ਇਹ ਆ ਵੀ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਦੇਹਾਂ ਦਾ ਨੁਕਸਾਨ ਕੀਤਾ ਆ ਇਹ ਸਾਡਾ ਸਭ ਤੋਂ ਵੱਡਾ ਰੋਸ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਸਾਡਾ ਪਿਓ ਸੀ ਸਾਡਾ ਬਾਪੂ ਆ ਉਹਦੇ ਬਾਰੇ ਸਾਨੂੰ ਬਹੁਤ ਧੱਕਾ ਕੀਤਾ ਆ ਇਹ ਸਾਨੂੰ ਬਹੁਤ ਸਭ ਤੋਂ ਵੱਡਾ ਰੋਸ ਆ ਇਹ ਧੱਕਾ ਕਿਸ ਨੇ ਕਿਹੜੀ ਸਰਕਾਰ ਨੇ ਕੀਤਾ ਇਹ ਹੁਣ ਮਾਲਕ ਨੂੰ ਪਤਾ ਅਸੀਂ ਤਾਂ ਉਹਨੇ ਬਾਦਲ ਸਰਕਾਰ ਹੀ ਕੀਤਾ ਜਦੋਂ ਮੌਕੇ 'ਤੇ ਹੈ ਤਾਂ ਬਾਦਲ ਹੀ ਸੀ ਨਾ ਮੌਕੇ 'ਤੇ ਅਕਾਲੀ ਸਰਕਾਰ ਹੀ ਸੀ ਅਕਾਲੀ ਸਰਕਾਰ ਨੇ ਉਹਦੇ 'ਤੇ ਕਾਬੂ ਪਾਉਣਾ ਸੀ ਉਹਨੂੰ ਉਹਨਾਂ ਬੰਦਿਆਂ ਨੂੰ ਫੜਦੇ ਜਦੋਂ ਉਹ ਆਖੀ ਜਾਂਦੇ ਸੀ ਹੈ ਪਿੰਡ ਦੇ ਵਿੱਚ ਬੈਠੇ ਹਾਂ ਸਾਨੂੰ ਆਣ ਕੇ ਫੜੋ ਸਰਕਾਰ ਦਾ ਹੱਕ ਬਣਦਾ ਸੀ ਉਹਨੂੰ ਫੜ ਕੇ ਜੇਲ੍ਹ 'ਚ ਦਿੰਦੇ ਗਾਹ ਕੰਮ ਚੱਲਦਾ ਜਿਵੇਂ ਮਰਜ਼ੀ ਉਹਨਾਂ 'ਤੇ ਕੋਰਟ ਕਰੀ ਜਾਂਦਾ ਹੱਕ ਤਾਂ ਹੈਗਾ ਸੀ ਨਾ ਅਕਾਲੀ ਸਰਕਾਰ ਦਾ ਹੀ ਉਹਨਾਂ ਨੂੰ ਫੜਨ ਦਾ ਇਹ ਸਮੱਸਿਆ ਦੀ ਬਹੁਤ ਕੋਈ ਹੱਲ ਨਹੀਂ ਹੋਈ ਹੈਂ ਮਹਾਰਾਜ ਦੀ ਬੇਦਬੀ ਹੋਈ ਉਹ ਹੱਲ ਨਹੀਂ ਹੋਈ ਸਕੂਲ ਸਾਡੇ 'ਤੇ ਕੋਈ ਹੱਲ ਨਹੀਂ ਹੋਇਆ ਚੇਅਰਮੈਨ ਦਾ ਕੋਈ ਹੱਲ ਨਹੀਂ ਹੋਇਆ ਹੈਂ ਜੇ ਕੋਈ ਆਉਂਦਾ ਕੋਈ ਵੀ ਲੀਡਰ ਆਉਂਦਾ ਆਹ ਜਾਂਦਾ ਕਰਦਾ ਕੁਛ ਵੀ ਨਹੀਂ ਗਾ ਕੋਈ ਲੀਡਰ ਇੱਥੇ ਆਉਂਦਾ ਆ ਕੇ ਅਸੀਂ ਦੁੱਖ ਉਹਦੇ ਕੋਲ ਰੋਂਦੇ ਹਾਂ ਉਹ ਆਉਂਦਾ ਮੈਂ ਕਰ ਦੂੰ ਮੈਂ ਉਹ ਕਰ ਦੂੰ ਮੈਨੂੰ ਵੋਟਾਂ ਪਾਓ ਉਹ ਵੋਟਾਂ ਲੈ ਕੇ ਮੁੜ ਕੇ ਸਾਡੀ ਗੱਲ ਨਹੀਂ ਸੁਣਦਾ ਅਸੀਂ ਜਿਹੋ ਜਿਹੇ ਉਹੋ ਜਿਹੇ ਬੈਠੇ ਰਹਿੰਦੇ ਹਾਂ ਸਰਕਾਰ ਕਹਿੰਦੀ ਹੋਣੀ ਚਾਹੀਦੀ ਅੱਗੇ ਸਰਕਾਰ ਦੀ ਕੋਈ ਆਏ ਸਾਨੂੰ ਤਾਂ ਕਿਸੇ ਦਾ ਕੋਈ ਫਾਇਦਾ ਨਹੀਂ ਗਾ ਕੋਈ ਆ ਜੇ ਹੈਂ ਅਤੇ ਜਿਹੜੀ ਕੋਈ ਆਉਣੀ ਸਾਥੋਂ ਮੱਲੋ ਮਾੜੀਆਂ ਨੇ ਸਾਥੋਂ ਕੱਢ ਕੇ ਪੁੱਛ ਕੇ ਆਉਣੀ ਆ ਡੰਡੇ ਨਾ ਆਉਣੀ ਜਿਹੜੀ ਕੋਈ ਸਰਕਾਰ ਆਈ ਹੈਂ ਜਿਹੜਾ ਡੰਡਾ ਕਾਇਮ ਹੋਇਆ ਉਹ ਆਜੂਗੀ ਪਹਿਲਾਂ ਸਰਦਾਰ ਸੁਖਬੀਰ ਸਿੰਘ ਇੱਥੋਂ MLA ਨੇ ਉਹਨੇ ਕੋਈ ਕੰਮ ਕੀਤਾ ਤੁਹਾਡੇ ਪਿੰਡ ਦੇ ਜੀ ਕੰਮ ਤਾਂ ਉਹਨੇ ਕੀਤੇ ਪਰ ਸਾਡਾ ਤਾਂ ਉਹਨੇ ਕੋਈ ਨਹੀਂ ਕੀਤਾ ਮਾੜੇ ਬੰਦੇ ਦਾ ਕੌਣ ਕਰਦਾ ਤਗੜੇ ਦੇ ਕਰਦੇ ਹਰ ਇੱਕ ਬੰਦਾ ਹੈਂ ਸਾਡੇ ਜਵਾਕ ਨਹੀਂ ਨੌਕਰੀਆਂ 'ਤੇ ਲਾਏ ਸਾਨੂੰ ਐਵੇਂ ਝੂਠੇ ਲਾਰੇ ਲਾ ਛੱਡੇ ਕਦੇ ਉੱਧਰ ਪੰਗ ਜਾਓ ਜੇ ਕੋਈ ਉੱਧਰ ਪੰਗ ਜਾਓ ਕੋਈ ਫੋਲਾ ਬਣਾਓ ਉਹ ਕਰੋ ਆਹ ਕਰਾਓ ਅਤੇ ਜਿੰਨਾ ਤੋਂ ਕੋਈ ਨਾ ਦਾਨ ਦਸ਼ਾਂ ਮਿਲ ਗਿਆ ਉਹਨਾਂ ਜਵਾਕ ਰੱਖ ਲਏ ਸਾਡੇ ਜਵਾਕ ਰਹਿ ਗਏ ਸਾਰੇ ਸ਼ੇਰ ਸਿੰਘ ਘੁਬਾਇਆ ਜੇ ਇੱਥੋਂ ਪਹਿਲਾਂ ਮੈਂਬਰ ਪਾਰਲੀਮੈਂਟ ਬਣੇ ਕਦੀ ਇੱਥੇ ਗੇੜਾ ਮਾਰਿਆ ਉਹਨਾਂ ਆਉਂਦਾ ਤਾਂ ਹੈ ਪਰ ਕੀਤਾ ਉਹਨੇ ਕੁਛ ਨਹੀਂ ਗਾ ਉਹ ਵੀ ਪਿੰਡ 'ਚ ਆਉਂਦਾ ਸੜਕੇ ਸੜਕ ਲੰਘ ਜਾਂਦਾ ਸੜਕੇ ਜਿਵੇਂ ਸਾਥੀ 'ਚ ਤੁਸੀਂ ਬੈਠੇ ਕਦੀ ਰੁਕਿਆ ਤੁਹਾਡੇ ਕੋਲ ਰੁਕ ਤਾਂ ਜਾਂਦਾ ਪਰ ਗੱਲ ਤਾਂ ਸਾਡੀ ਕੋਈ ਨਹੀਂ ਸੁਣਦਾ ਰੁਕ ਤਾਂ ਜਾਂਦਾ ਅਸੀਂ ਜਾਣਦੇ ਹਾਂ ਉਹ ਤੁਹਾਨੂੰ ਜਾਣਦਾ ਰੁਕ ਵੀ ਜਾਂਦਾ ਆਖ ਵੀ ਦਿੰਦਾ ਪਰ ਕਰਦਾ ਕੁਛ ਨਹੀਂ ਗਾ ਸਮੱਸਿਆਵਾਂ ਦੱਸਣ ਦਾ ਕਦੇ ਕੋਸ਼ਿਸ਼ ਨਹੀਂ ਕੀਤੀ ਕਦੇ ਜੋ ਵੀ ਕੋਈ ਲੀਡਰ ਆਉਂਦਾ ਦੱਸਿਆ ਜੀ ਬਹੁਤ ਵਧੀਆ ਰੋਏ ਆ ਸੜਕਾਂ ਸਾਡੀਆਂ ਕੋਈ ਅਧੂਰੀਆਂ ਪਈਆਂ ਥੋੜ੍ਹੇ ਥੋੜ੍ਹੇ ਟੋਟੇ ਬਣਾ ਦੇ ਵਿੱਚ ਉਵੇਂ ਪਈਆਂ ਖੜਵੰਜੇ ਬਣਾ ਦੇ ਸਾਡੇ ਉਹ ਸਹੀ ਨਹੀਂ ਬਣੇ ਕੋਈ ਐਂ ਬਣ ਗਿਆ ਕੋਈ ਐਂ ਬਣ ਗਿਆ ਕੋਈ ਕਿਵੇਂ ਕੋਈ ਕਿਵੇਂ ਖਾਲ ਜਿਹੜੇ ਉਹ ਸਹੀ ਨਹੀਂ ਬਣੇ ਲੋਕ ਰੋਂਦੇ ਫਿਰਦੇ ਪਾਣੀ ਲੱਗਦਾ ਨਹੀਂ ਗਾ ਹੁਣ ਪਾਣੀ ਆਇਆ ਫਿਰਦਾ ਖਾਲ ਖਰਾਬ ਹੈ ਕੋਈ ਪਾਣੀ ਲਾ ਨਹੀਂ ਸਕਦਾ ਕਹਿੰਦੇ ਸੁਖਬੀਰ ਬਾਦਲ ਦੇ ਹਲਕੇ ਦੇ ਵਿੱਚ ਜਾਈਏ ਤਾਂ ਸੜਕਾਂ ਅਤੇ ਗਲੀਆਂ ਅਤੇ ਨਾਲੀਆਂ ਦਾ ਪ੍ਰਬੰਧ ਜਿਹੜਾ ਬੜਾ ਸੋਹਣਾ ਤੁਹਾਡੇ ਕਿਵੇਂ ਆ ਜੀ ਆਖ ਕਾਗਜ਼ਾਂ ਸੋਹਣਾ ਉਹੀ ਤਾਂ ਸੋਹਣਾ ਹੈ ਨਹੀਂ ਗਾ ਕਾਗਜ਼ਾਂ ਤਾਂ ਸੋਹਣਾ ਹੀ ਆ ਉਹੀ ਤਾਂ ਸੋਹਣਾ ਹੈ ਨਹੀਂ ਗਾ ਉਹੀ ਤਾਂ ਕਿਤੇ ਵੀ ਸੋਹਣਾ ਨਹੀਂ ਗਾ ਹੈ ਜੇ ਹੁਣ ਉਹਨੇ ਹੁਣ ਉਹ ਖੜ੍ਹਾ ਐਮ ਪੀ ਅਤੇ ਉਹਨੇ ਕਹਿੰਦਾ ਵੋਟਾਂ ਸਾਥੋਂ ਲੈ ਕੇ ਬਣਨਾ ਜੇ ਬਣ ਗਿਆ ਡੰਡੇ ਨਾਲ ਬਣਨਾ ਉਹਨੇ ਇਹ ਜਿਹੜਾ ਪਿੰਡ ਲੱਦੂ ਵਾਲਾ ਸੁੰਦਰ ਗ੍ਰਾਮ 'ਚ ਆਉਂਦਾ ਕੁਛ ਸੁੰਦਰ ਹੈ ਵੀ ਕਿ ਨਹੀਂ ਸੁੰਦਰ ਤਾਂ ਕੋਈ ਐਡਾ ਖਾਸ ਹੈ ਵੀ ਨਹੀਂ ਗਾ ਅਤੇ ਮਾੜਾ ਮੋਟਾ ਹੈ ਵੀ ਆ ਬਸ ਹੈਂ ਕਿਉਂ ਪੂਰੇ ਉਹਨੇ ਪੈਸੇ ਲਾਏ ਹੀ ਨਹੀਂ ਗੇ ਅਤੇ ਕੋਈ ਨਾ ਕੋਈ ਥੋੜ੍ਹੇ ਵਾਲੇ ਲਾਏ ਆਪਦੇ ਖਾਣ ਖੂਣ ਵਾਸਤੇ ਲਾਏ ਵੀ ਹੈਗੇ ਆ